माइनिंग को लेकर रोपड़ से विधायक अमरजीत सिंह संधोया पर एक हमला हुआ था, जिसके बाद आज वो हमारे साथ यहाँ पर मौजूद है। सर, सब तो पहला थोड़ी तबीयत किवें है हुण? ਤੁਹਾਡੀ ਦੁਆ ਨਾਲ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਛ ਹਜੇ ਦਰਦ ਹੁੰਦਾ। ਮੈਂ ਹੁਣ ਵੀ ਹੋਸਪਿਟਲ 'ਤੇ ਆਇਆ, ਖੈਰਾ ਸਾਹਿਬ ਨੇ ਬੁਲਾਇਆ, ਕਹਿੰਦੇ ਕਰਨੀ ਹੈ, ਪਰ ਇਸ ਕਾਰਨ ਚੱਲਦੇ ਹਾਂ। ਠੀਕ ਹੈ ਜੀ, ਠੀਕ ਹੈ, ਕੁਛ ਤਬੀਤ ਪਰਮਾਤਮਾ ਨੇ ਉਸ ਦਿਨ ਰੱਬੇ ਬਚਾਉਣ ਵਾਲਾ ਤਾਂ ਕੋਈ ਵੀ ਨਹੀਂ ਬਚਾਉਣ ਵਾਲਾ ਨਸਤਾ। ਉਹਨਾਂ ਉਹ ਬਹੁਤ ਅਸਲਾ ਰੱਖਿਆ ਉਹਦਾ ਦੋ ਨੰਬਰ ਦਾ, ਉਸ ਬੰਦੇ ਕੋਲ ਅਸਲਾ ਨਹੀਂ ਤਾਂ ਤਿੰਨ ਰਿਵੋਲਵਰ ਉਹਨਾਂ ਡੱਬੇ 'ਚ ਦਿਖਾਏ ਸਾਨੂੰ। ਜਦੋਂ ਮੈਂ ਮੁੰਡੇ ਨਾਲ ਕਿਹਾ ਮੈਂ ਗੋਲੀ ਚਲਾ ਦਾਂਗਾ ਜੀ, ਨਹੀਂ ਹੱਟਦੇ ਪਿੱਛਾ, ਕਹਿੰਦੇ ਵਿਛਾ ਦਾਂਗੇ ਤੁਹਾਨੂੰ, ਔਰ ਗੱਡੀ ਭਰੀ ਗਈ ਤੀ ਉਹਨਾਂ ਦੀ ਪੂਰੀ ਅਸਲੇ ਦੀ। ਠੀਕ ਹੈ ਜੀ, ਉਹ ਪਰਮਾਤਮਾ ਤੁਹਾਡਾ ਵੀ ਸ਼ੁਕਰੀਆ ਜਿਹੜਾ ਬਸ ਤੁਹਾਡੀ ਸਾਰਿਆਂ ਲੋਕਾਂ ਦੀ ਦੁਆ ਨਾਲ ਬਚ ਗਏ ਸੀ। ਸਰ, ਬਹੁਤ ਵੀਡੀਓਜ਼ ਆਈ ਨੇ, ਅਤੇ ਤੁਹਾਨੂੰ ਕੀ ਲੱਗਦਾ ਅਟੈਕਰ ਨੂੰ ਤੁਸੀਂ ਪਹਿਲੇ ਤੋਂ ਜਾਣਦੇ ਹੋ, ਜਿਹੜਾ ਸਾਹਮਣੇ ਆ ਰਿਹਾ ਕਿ ਤੁਹਾਡੀ ਇੱਕ ਵੀਡੀਓ ਫੋਟੋਜ਼ ਵੀ ਵਾਇਰਲ ਹੋ ਰਹੀ ਹੈ? ਦੇਖੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਨੂਰਪੁਰ ਬੇਦੀ ਦਾ ਜੰਪਲ, ਨੂਰਪੁਰ ਸਕੂਲ 'ਚ ਪੜ੍ਹਿਆ। ਜਿਹੜਾ ਨੂਰਪੁਰ ਬੇਦੀ ਸਾਡਾ ਹੈਗਾ, ਉਹ ਨੂਰਪੁਰ ਬਲਾਕ ਦਾ ਸੈਂਟਰ ਪੈਂਦਾ, ਮੇਰਾ ਪਿੰਡ ਸੰਧੋਏ, 20 ਕਿਲੋਮੀਟਰ ਇੱਧਰ, 20 ਕਿਲੋਮੀਟਰ ਇੱਧਰ, ਸਾਰੇ ਨੂਰਪੁਰ ਤੋਂ ਲੋਕ ਆਉਂਦੇ ਜਾਂਦੇ ਆ। ਉਸ ਤੋਂ ਬਾਅਦ ਮੈਂ 2 ਸਾਲ ਤੋਂ ਰਾਜਨੀਤੀ 'ਚ ਆ ਗਿਆ। ਮੈਂ ਬੱਚੇ ਬੱਚੇ ਨੂੰ ਜਾਣ ਲੱਗ, ਲੋਕਾਂ ਨੂੰ, ਲੋਕਾਂ ਦਾ ਘਰ ਮੈਂ ਡੋਰ ਟੂ ਡੋਰ ਕਰਨ ਗਿਆ ਹੈ, ਲੋਕਾਂ ਨੇ ਮੈਨੂੰ ਵੋਟਾਂ ਪਾਈਆਂ, ਲੋਕਾਂ ਨਾਲ ਫੰਡ ਪੈਸੇ ਦਿੱਤੇ, ਲੋਕਾਂ ਨਾਲ ਇਲੈਕਸ਼ਨ ਜਿਤਾਉਣ ਵਾਸਤੇ, ਸਾਰੇ ਪਿੰਡਾਂ ਦਾ ਜਿਹਦੀ ਹਿੰਮਤ ਹੁੰਦੀ 1000 ਇਕੱਠਾ ਕਰਕੇ ਉਹਨੇ ਮੈਨੂੰ, ਮੈਂ ਅਸੀਂ ਪਹਿਲਾਂ ਦੱਸ ਦੇਣਾ ਵੀ ਅੱਜ ਆਹ 10 ਪਿੰਡਾਂ ਜਾਣਾ, ਉਹਨੇ ਸਾਰੇ ਨਾਲ ਪੈਸੇ ਇਕੱਠੇ ਕਰਕੇ ਸਾਨੂੰ ਲਿਫਾਫੇ ਫੜਾਉਣੇ ਵੀ ਆਹ ਤੁਹਾਡੀ ਅਸੀਂ ਮਦਦ ਕਰ। ਅਤੇ ਸਰ, ਤੁਸੀਂ ਉੱਥੇ ਗਏ, ਤੁਹਾਨੂੰ ਦਿਖਿਆ ਉੱਥੇ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ? ਤੁਹਾਡਾ ਮੀਡੀਆ ਸਾਰਾ ਨਾਲ ਸੀ ਮੇਰਾ, ਜਿਹੜਾ ਲੋਕਲ ਮੀਡੀਆ ਦਾ ਰੋਪੜ ਦਾ, ਸਾਰਾ ਨਾਲ ਗਿਆ ਤਾਂ ਅਨਲੀਗਲ ਮੈਨਗੇ ਦੇਖਣ ਗਏ ਸੀ ਉਹ, ਵੀ ਇੱਥੇ ਅਨਲੀਗਲ ਮੈਨਗ ਹੋ ਰਹੀ। ਹਾਂਜੀ, ਅਸੀਂ ਕਿਸੇ ਨੂੰ ਫੜਾਇਆ ਨਹੀਂ, ਕੁਛ ਨਹੀਂ ਕਰਿਆ, ਉਹਨੇ ਸ਼ੂਟ ਕਰਿਆ, ਮੈਂ ਆਪਣੀ ਵਾਈਡ ਦਿੱਤੀ ਉਹਨੂੰ, ਬਸ ਇੰਨੀ ਗੱਲ ਕਰੀ ਸੀ। ਸਰ, ਕਿਹਨੂੰ ਰਿਸਪੋਂਸੀਬਲ ਤੁਸੀਂ ਮੰਨਦੇ ਹੋ ਜੇ ਤੁਹਾਡੇ ਉੱਤੇ ਅਟੈਕ ਹੋਇਆ? ਟਾਈਮ ਆਉਣ 'ਤੇ ਦੱਸਾਂਗਾ, ਜਾਂ ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦਾ ਆਪਾਂ। ਪੋਲੀਟੀਕਲ ਪਾਰਟੀ, ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਹੈ ਕਿ ਉਹ ਅਸੀਂ ਪੋਲੀਟੀਕਲ ਲੋਕਾਂ ਦਾ ਪਤਾ ਲਾ ਰਹੇ ਹਾਂ, ਜਿਹੜੇ ਉਹਦੇ ਨਾਲ ਮੇਲੇ ਹੋਏ ਆ ਜਾਂ ਕੁਛ ਕਰ ਰਹੇ ਆ, ਉਹ ਟਾਈਮ ਆਉਣ 'ਤੇ ਤੁਹਾਨੂੰ ਸਾਰਾ ਕੁਝ ਦੱਸਦਾ। ਮੈਂ ਪੂਰੇ ਸਬੂਤਾਂ ਨਾਲ ਆਵਾਂਗਾ, ਮੈਂ ਕਿਸੇ ਦਾ ਨਾਂ ਨਹੀਂ ਇੱਦਾਂ ਲਾਵਾਂਗਾ, ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਮੇਰੇ ਸਾਰੇ ਮਿੱਤਰ ਹੈ, ਕਦੇ ਮੈਂ ਕਿਸੇ ਨਾਲ ਲੜਿਆ ਨਹੀਂ, ਝਗੜਿਆ ਨਹੀਂ, ਨਾ ਮੈਂ ਕਿਸੇ ਨਾਲ ਦੁਸ਼ਮਣੀ ਪਾਈ ਹੈ, ਮੇਰੀ ਤਾਂ ਸਾਰਿਆਂ ਨੂੰ ਪਿਆਰ ਹੈ। ਮੈਂ ਆਪਣੇ ਲੋਕਾਂ 'ਚ ਜਦ ਮੈਂ ਰੋਜ਼ ਜਾਂਦਾ ਹੈ, ਮੈਂ 5-6 ਦਿਨ ਹਫ਼ਤੇ 'ਚ ਲਾਉਂਦਾ ਆਪਣੇ ਪੂਰੇ ਹਲਕੇ ਵਿੱਚ ਲਾਉਂਦਾ ਹੈ। ਚੰਡੀਗੜ੍ਹ ਮੈਂ ਉਦੋਂ ਆਉਂਦਾ ਜਦੋਂ ਮੰਗਲਵਾਰ ਸ਼ੁੱਕਰਵਾਰ ਮੀਟਿੰਗ ਹੁੰਦੀ, ਮੀਟਿੰਗ ਤੋਂ ਫਿਰ ਮੈਂ ਹਲਕੇ ਵਾਪਸ ਹੋ ਜਾਂਦਾ। 1.5 ਸਾਲ ਵਿੱਚ ਮੈਂ ਸ਼ਾਇਦ 6 ਜਾਂ 7 ਰਾਤਾਂ ਚੰਡੀਗੜ੍ਹ 'ਚ ਰੁਕਿਆ ਹੋਣਾ। ਮੈਂ ਇੱਕੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੇਰੇ ਜਿਹੜੇ ਹਲਕੇ ਤੁਸੀਂ ਮੈਨੂੰ ਵੋਟਾਂ ਪਾਈਆਂ, ਬਹੁਤ ਬਿਨਾਂ ਲਾਲਚ ਤੋਂ, ਬਿਨਾਂ ਸਾਰਿਆਂ ਕੁਛ ਭੈ ਹੋ ਕੇ, ਵੀ ਨਾ ਮੈਂ ਨਸ਼ੇ ਵਾਲੇ ਦਾ ਸਮਰਥਨ ਕਰਾਂਗਾ, ਨਾ ਮੈਂ ਮੈਨਿੰਗ ਵਾਲੇ, ਨਾ ਭੁੱਕੀ ਵਾਲੇ ਦਾ, ਮੈਂ ਕਿਸੇ ਗਲਤ ਅੰਸਰ ਦਾ ਸਮਰਥਨ ਨਹੀਂ ਕਰ ਸਕਦਾ। ਮੈਨੂੰ ਨਾ ਰਹੋ, ਤੁਹਾਡੀ ਮਰਜ਼ੀ। ਆਪਾਂ ਹਰ ਬੇਨਤੀ ਤਾਂ ਲੋਕਾਂ ਨੂੰ ਹੀ ਕਹਿ ਕੇ ਆਈ, ਅੱਜ ਵੀ ਉਸੇ ਕਾਇਮ ਖੜਾ। ਤੁਹਾਡੇ ਉੱਤੇ ਜੋ ਅਟੈਕ ਹੋਇਆ, ਉਹ ਕਹਿ ਰਹੇ ਨੇ ਕਿ ਤੁਸੀਂ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ, ਤਾਂ ਕਰਕੇ ਉਹਨਾਂ ਨੇ ਇਹ ਕਿਹਾ। ਤੁਸੀਂ ਸਹੀ ਹੈ ਭੈਣ ਜੀ, ਮੈਂ ਮੀਡੀਆ ਲੈ ਕੇ ਜਾਊਂਗਾ ਪੈਸੇ ਲੈਣ ਵਾਸਤੇ? ਮੀਡੀਆ ਦੇ ਵਿੱਚ ਉੱਥੇ ਖੱਡ 'ਚ ਪੈਸੇ ਲੈਣ ਜਾਣਾ ਪੈਂਦਾ? ਦੱਸੋ, ਮੀਡੀਆ ਨਾਲ ਲੈ ਕੇ ਜਾਣਾ ਪੈਸੇ ਲੈਣ ਵਾਸਤੇ? ਮੈਨੂੰ ਦੱਸ ਦਵਾ ਜਿੰਦਰ ਸਿੰਘ, ਮੈਂ ਕਦੋਂ ਪੈਸੇ ਮੰਗੇ? ਅਤੇ ਸਰ, ਹੁਣ ਕੀ ਮੰਗ ਕਰਦੇ ਹੋ ਤੁਸੀਂ? ਮੈਂ ਤਾਂ ਕਹਿੰਦਾ ਜੀ, CBI ਤੋਂ ਜਾਂਚ ਹੋਣੀ ਚਾਹੀਦੀ ਹੈ, ਉਹਨਾਂ ਦੀ ਗ੍ਰਿਫਤਾਰੀ ਹੋਣੀ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਹਨੇ ਗਲਤ ਕਰਿਆ। ਮੈਂ ਤਾਂ ਇਹੀ ਗੱਲ ਕਹਿੰਦਾ। ਮੁੱਖ ਮੰਤਰੀ ਤੋਂ ਕੋਈ ਆਸ? ਮੁੱਖ ਮੰਤਰੀ, ਮੈਨੂੰ ਪੂਰੀ ਆਸ ਹੈ ਕਿ ਮੁੱਖ ਮੰਤਰੀ ਸਾਹਿਬ ਇਹਦੀ ਜਾਂਚ ਕਰਾਉਣਗੇ। ਮੈਨੂੰ ਭਰੋਸਾ ਹੈ ਮੁੱਖ ਮੰਤਰੀ ਸਾਹਿਬ ਸਹੀ ਫੈਸਲੇ ਲੈਣ ਵਾਲੇ ਮੁੱਖ ਮੰਤਰੀ ਹੈ।